ਜੀ ਮੇਰੇ ਪਿਆਰੇ ਦੋਸਤੋ ਅੱਜ ਨਵੀਂ ਵੀਡੀਓ ਲੈ ਕੇ ਆਇਆ ਜੀ ਮੈਂ ਪਹਿਲੇ ਵੀ ਆਪਣੇ YouTube ਚੈਨਲ ਦੇ ਉੱਤੇ ਵੀਡੀਓ ਬਣਾ ਕੇ ਰੱਖੀ ਹੋਈ ਹੈ ਕਿ ਤੁਸੀਂ ES Money Transfer ਆਪਕ ਕਰੰਸੀ ਐਕਸਚੇਂਜ ਦਾ ਅਕਾਊਂਟ ਕਿਸ ਤਰ੍ਹਾਂ ਬਣਾ ਸਕਦੇ ਜੇ ਮੁਕੰਮਲ ਵੀਡੀਓ ਬਣਾਈ ਹੋਈ ਹੈ ਜਾ ਕੇ ਦੇਖ ਸਕਦੇ ਜੇ ਇੰਡੀਆ ਪੈਸੇ ਸੈਂਡ ਕਰਨੇ ਹੋਣ ਪਾਕਿਸਤਾਨ ਪੈਸੇ ਸੈਂਡ ਕਰਨੇ ਹੋਣ ਬਿਹਤਰੀਨ ਰੇਟ ਹੈ ਤੇ ਫੀਸ ਵੀ ਬਹੁਤ ਹੀ ਲੋ ਹੈ ਠੀਕ ਹੈ ਬਿਹਤਰੀਨ ਰੇਟ ਹੈ ਕੋਈ ਆਪਣਾ ਯਾਨੀ ਕਿ ਤੁਸੀਂ ਕਹਿ ਨਹੀਂ ਸਕਦੇ ਆ ਕਿ ਰੇਟ ਨਹੀਂ ਠੀਕ ਹੈ ਇਹਨਾਂ ਦਾ ਤੁਸੀਂ ਬਾਹਰੋਂ ਪਤਾ ਕਰੋ ਏਜੰਟਾਂ ਕੋਲ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਖੁਦ ਘਰ ਇਤੇ ਚੈੱਕ ਕਰੋ ਮੈਨੂੰ ਉਮੀਦ ਹੈ ਕਿ ਆਪਣਾ 100 ਨਹੀਂ ਤੇ ਆਪਣਾ 90% ਜਰਾਬਤਾਬ ਦਾ ਰੇਟ ਬਿਲਕੁਲ ਬਿਹਤਰੀਨ ਹੋਏਗਾ ਤੇ ਫੀਸ ਵੀ ਆਪਣਾ ਯਾਨੀ ਕਿ ਪਾਕਿਸਤਾਨ ਲਈ ਬਿਲਕੁਲ ਜ਼ੀਰੋ ਹੋਵੇ ਜ਼ੀਰੋ ਫੀਸ ਤੇ ਆਪਣਾ ਇੰਡੀਆ ਲਈ ਵੀ ਆਪਣਾ ਬਿਹਤਰੀਨ ਯਾਨੀ ਕਿ ਮناسب ਰੇਟ ਹੈ ਤੇ ਆਪਣਾ ਇਹਦੀਆਂ ਚੰਦ ਗੱਲਾਂ ਨੇ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਕਿ ਬਰੇ ਦੋਸਤਾਂ ਨੇ ਕਮੈਂਟ ਕੀਤਾ ਭਾਈ ਪੈਸੇ ਟਰਾਂਸਫਰ ਕਰਨੇ ਹੁੰਦੇ ਨਹੀਂ A to Z ਹਰ ਚੀ ਤੁਹਾਨੂੰ ਬਿਲਕੁਲ ਸ਼ਾਰਟ ਵੀਡੀਓ ਦੇ ਵਿੱਚ ਰਮਨ ਤੁਹਾਨੂੰ ਦੱਸਣ ਵਾਲਾ ਇਹ ਦੇਖੋ ਜੀ ਇਹ ਮੇਰਾ ਚੈਨਲ ਜਿੰਨੇ ਵੀ ਨਵੇਂ ਦੋਸਤ ਨੇ ਸਾਰੇ ਸਬਸਕ੍ਰਾਈਬ ਕਰ ਲੈਣ ਅੱਛਾ ਮੈਂ ਤੁਹਾਡਾ ਟਾਈਮ ਬਿਲਕੁਲ ਜ਼ਿਆਦਾ ਨਹੀਂ ਕਰਦਾ ਇਸ ਮਨੀ ਟ੍ਰਾਂਸਫਰ ਲਿਖਿਆ ਜੀ ਆਪਣਾ ਇਹ ਵੈਬਸਾਈਟ ਏਡੀਆਂ ਦੀ ਇਹਨੂੰ ਓਪਨ ਕਰ ਲੈਣਾ ਇਹ ਤਾਂ ਤੁਸੀਂ ਆਪਣਾ ਡਾਇਰੈਕਟ ਬਗੈਰ ਆਈਡੀ ਬਣਾਇਆ ਹੀ ਆਪਣਾ ਤੁਸੀਂ ਪੈਸੇ ਆਪਣਾ ਰੇਟ ਚੈੱਕ ਕਰ ਸਕਦੇ ਜੇ ਆ ਦੇਖੋ ਅਗਰ ਮੈਂ ਇੱਥੇ ਕਰਨਾ ਜੀ ਆਪਣਾ ਪਾਕਿਸਤਾਨ ਇਟਲੀ ਤੋਂ ਪਾਕਿਸਤਾਨ ਪੈਸੇ ਸੈਂਡ ਕਰਨ ਨੇ ਮੈਂ ਕੀਤਾ ਜੀ ਆਪਣਾ ਉਸ ਤੋਂ ਬਾਅਦ ਆ ਗਿਆ ਜੀ ਕੈਸ਼ ਕੇ ਬੈਂਕ ਮੈਂ ਫਿਲਹਾਲ ਕੈਸ਼ ਹੀ ਕਰਨਾ ਆ ਦੇਖੋ 187.50 ਯੂਰੋ ਜਿਹੜਾ ਉਹ ਰੇਟ ਮਿਲਦਾ ਹੈ ਅਜੇ ਗੂਗਲ ਤੇ ਵੀ ਚੈੱਕ ਕਰ ਲੈਣਾ ਕਿ ਗੂਗਲ ਤੇ ਕੀ ਰੇਟ ਹੈ EUR ਟੂ PKR ਠੀਕ ਹੈ ਜੀ ਦਾ ਵੀ ਰੇਟ ਚੈੱਕ ਕਰਨ ਆ ਦੇਖੋ ਜੀ 18898 ਇਹ ਤੁਹਾਨੂੰ ਵੀ ਪਤਾ ਕਿ ਜਿਹੜਾ Google ਤੇ ਰੇਟ ਆਂਦਾ ਉਹ ਐਗਜੈਕਟ ਕੋਈ ਵੀ ਨਹੀਂ ਦਿੰਦਾ ਠੀਕ ਹੈ 18898 ਤੇ ਆਪ ਤਾਵਾ ਲੈ ਕਿਨੇ ਦੇ ਰਣੀ 18750 ਤੁਸੀਂ ਦੂਸਰੀ ਜਿਹੜੀ ਮਰਜ਼ੀ ਵੈਬਸਾਈਟ ਚੈੱਕ ਕਰ ਲਓ ਇੰਨਾ ਰੇਟ ਕੋਈ ਵੀ ਨਹੀਂ ਦੇਗਾ ਤੇ ਫੀਸ ਦੇਖ ਲਓ ਫੀਸ ਬਿਲਕੁਲ ਜ਼ੀਰੋ ਠੀਕ ਹੈ ਬੈਂਕ ਤੇ ਪੈਸੇ ਪੈਸੇ ਕਿ ਟ੍ਰਾਂਸਫਰ ਕਰਨੇ ਨੇ ਤੇ ਦਿਲ ਕਰਿਆ 187 ਤੋਂ ਵੀ ਥੋੜਾ ਜਿਹਾ ਰੇਟ ਜਿਹੜਾ ਨਾ ਵਾਜ ਜੇ ਲੇਕਿਨ ਬਾਅਦ ਵਾਰਫਾ ਨਹੀਂ ਵਾਜਦਾ ਜ਼ਰੂਰੀ ਨਹੀਂ ਕਿ ਆਪਣਾ ਰੇਟ ਜਿਹੜਾ ਨਾ ਵਾਜੇ ਤੇ ਆ ਦੇਖੋ ਨਾ ਇੱਥੇ ਵੀ ਆ ਇੱਥੇ ਆ ਜਾਂਦਾ ਵੈਕਸ ਤੇ ਅਗਰ ਮੈਂ ਇੰਡੀਆ ਦਾ ਰੇਟ ਹੈ ਜੀ ਇੰਡੀਆ ਦਾ ਵੀ ਚੈੱਕ ਕਰ ਲੈਣੇ ਆ ਆ ਦੇਖੋ ਇੰਡੀਆ ਦਾ ਆ ਦੇਖੋ ਆਪਣਾ ਇੰਡੀਆ ਦਾ ਵੀ ਕੈਸ਼ ਕਰ ਲੈਣੇ ਆ ਆ ਦੇਖੋ ਜੀ ਇੰਡੀਆ ਦਾ ਅਗਰ 200 ਯੂਰੋ ਪੇਜ ਨਾਲ ਤੇ 2 ਯੂਰੋ ਸਿਰਫ ਔਰ ਸਿਰਫ 2 ਯੂਰੋ ਫੀਸ ਹੈ ਤੇ ਰੇਟ ਕੀ ਹੈ ਜੀ 87.24 ਤੇ ਇੰਡੀਆ ਦਾ ਵੀ ਚੈੱਕ ਕਰ ਲੈਣੇ ਆ ਇੱਥੇ ਕਰ ਲੈਣਾ ਜੀ आई एन ਸੌਰੀ ਯੂ ਰੋ ਟੂ ਆਈ ਐਨ ਆਰ ਇਦਾ ਵੀ ਚੈੱਕ ਕਰ ਲੈਣ ਆ ਦੇਖੋ ਜੀ 8785 ਇਹ ਤੇ ਇੱਥੇ ਕਿੰਨਾ ਮਿਲਦਾ ਪਿਆ ਜੀ 8724 ਮਿਲਦਾ ਪਿਆ ਕਿੰਨਾ ਫਰਕ ਹੈ ਦੇਖ ਲਗੋ ਯਾਨੀ ਕਿ ਬਿਹਤਰੀਨ ਰੇਟ ਹੈ ਨਾ ਦਾ ਤੇ ਮੈਂ ਆਪਣੀ ਆਈਡੀ ਜਿਹੜੀ ਉਹ ਲੌਗਇਨ ਕਰਨਾ ਤੇ ਤੁਹਾਨੂੰ ਦੱਸਣਾ ਕਿ ਤੁਸੀਂ ਕਿਸ ਤਰ੍ਹਾਂ ਪਹਿ ਤੁਸੀਂ ਇੱਥੇ ਆਪਣਾ ਜਿਹੜਾ ਨਾ ਅਕਾਊਂਟ ਬਣਾ ਲਵੋ ਜਦੋਂ ਅਕਾਊਂਟ ਬਣਾ ਲੋਗੇ ਤੇ ਆਪਣਾ ਡਾਕੂਮੈਂਟ ਸਾਰੇ ਵੈਰੀਫਾਈ ਤੁਸੀਂ ਆਪਣਾ ਕਰਵਾ ਲੈਣੇ ਮੈਂ ਪਿੱਛੇ ਵੀਡੀਓ ਬਣਾਈਆਂ ਹੋਈਆਂ ਨੇ ਜਾ ਕੇ ਦੇਖ ਸਕਦੇ ਹੋ ਕਿਸ ਤਰ੍ਹਾਂ ਤੁਸੀਂ ਆਪਣਾ ਕਾਊਂਟ ਕ੍ਰੀਏਟ ਕਰਨਾ ਕਿਸ ਤਰ੍ਹਾਂ ਵੈਰੀਫਾਈ ਕਰਨਾ अच्छा देखो मैं 56 ट्रांजैक्शन है जेड़िया नंबर 56 दफा यानी कि मैं पैसे ट्रांसफर किए थे ने पाकिस्तान या किते भी दूसरे मुल्कते विच। अब देखो हुणे ते नीचे सबसे पहले मत अपना आज हुंदास मैं ਤੁਹਾਨੂੰ ਕਿ ਸਭ ਤੋਂ ਪਹਿਲੇ ਤੁਸੀਂ ਇੱਥੇ ਕੀ ਕਰਨਾ ਜੇ ਇਸ ਬੰਦੇ ਨੇ ਤੁਸੀਂ पैसे ट्रांसफर ਕਰਨ ਨੇ ਸਭ ਤੋਂ ਪਹਿਲੇ ਉਹਦਾ ਨਾਮ ਪਤਾ ਤੁਸੀਂ ਇਹਦੇ ਵਿੱਚ ਦਰਜ ਕਰਨਾ ਕਿੱਥੋਂ ਕਰਨਾ ਐਸ ਸਾਈਡ ਤੇ ਆ ਜਾਣਾ। ਇੱਥੇ ਆ ਦੇਖੋ ਲਿਖਿਆ ਜੀ ਮਾਏ ਬੇਨੇਫੀਸ਼ੀਅਰੀਜ਼ ਠੀਕ ਹੈ। ਇਹਦੇ ਉੱਪਰ ਤੁਸੀਂ ਕਲਿੱਕ ਕਰ ਦੇਣਾ ਜਦੋਂ ਇਹਦੇ ਉੱਪਰ ਕਲਿੱਕ ਕਰੋਗੇ ਤੇ ਇੱਥੇ ਆ ਦੇਖੋ ਇਹ ਮੇਰੇ ਕੋਲ ਤੇ ਕਾਫੀ ਜ਼ਿਆਦਾ ਨੇ ਤੁਸੀਂ ਜਦੋਂ ਨਵਾਂ account ਬਣਾ ਕੇ ਤੁਹਾਡੇ ਕੋਲ ਕੋਈ ਚੀਜ਼ ਨਹੀਂ ਆਏਗੀ ਤੇ ਐਡ ਬੈਨੀਫਿਸ਼ਰੀ ਦੇ ਉੱਪਰ ਕਲਿੱਕ ਕਰੋਗੇ ਤੇ ਇਹ ਚੀਜ਼ ਆ ਜਾਏਗੀ ਇੱਥੇ ਹੁਣ ਤੁਸੀਂ ਜਿੰਨੂੰ ਪੈਸੇ ਸੈਂਡ ਕਰਨੇ ਨੇ ਉਹਦਾ ਪਹਿਲਾ ਨਾਮ ਫਰਸਟ ਨੇਮ ਉਹਦਾ ਠੀਕ ਹੈ ਐਗਜ਼ਾਮਪਲ ਹੈ ਜੀ ਮੈਂ ਆਪਣਾ ਹੀ ਲਿਖ ਲੈਣਾ ਜੀ ਮੈਲ ਠੀਕ ਹੈ ਲਾਸਟ ਨੇਮ ਜੀ ਉਸ ਤੋਂ ਬਾਅਦ ਇੱਥੇ ਨੀਚੇ ਦੀ ਆਪਣਾ ਜੈਂਡਰ ਸਿਲੈਕਟ ਕਰ ਲੈਣੀ ਕਿ ਜਿਹਨੂੰ ਪੈਸੇ ਸੈਂਡ ਕਰਨੇ ਨੇ ਉਹ ਮੇਲ ਹੈ ਜਾਂ ਫੀਮੇਲ ਹੈ ਉਸ ਤੋਂ ਬਾਅਦ ਇੱਥੇ ਆਪਣਾ ਕਲਿੱਕ ਕਰਕੇ ਤੇ ਇਥੋਂ ਜਿਹੜੀ ਵੀ ਕੰਟਰੀ ਹੈ ਜਿਵੇਂ ਇੰਡੀਆ ਵੇ ਇੱਥੇ ਮੈਂ ਇੰਡੀਆ ਸਿਲੈਕਟ ਕਰ ਲੈਣਾ ਠੀਕ ਹੈ ਪਾਕਿਸਤਾਨ ਨੇ ਪਾਕਿਸਤਾਨ ਸਿਲੈਕਟ ਕਰ ਲੈਣਾ ਤਾਂ ਪਾਕਿਸਤਾਨ ਦਾ ਨੰਬਰ ਦੇ ਦੇਣਾ ਅਗਰ ਤੁਸੀਂ ਖੁਦ ਇੱਥੇ ਉਹਦੇ ਤੁਸੀਂ ਆਪਣੇ ਬੈਂਕ ਅਕਾਊਂਟ ਦੇ ਵਿੱਚ ਪੈਸੇ ਟਰਾਂਸਫਰ ਕਰਨੇ ਨੇ ਫਿਰ ਇੱਥੇ ਤੁਸੀਂ ਇਟਲੀ ਦਾ ਨੰਬਰ ਵੀ ਦੇ ਸਕਦੇ ਜੇ ਆਪਣਾ ਠੀਕ ਹੈ ਉਸ ਤੋਂ ਬਾਅਦ ਇੱਥੇ ਰਿਲੇਸ਼ਨਸ਼ਿਪ ਕਿ ਤੁਹਾਡਾ ਉਸ ਬੰਦੇ ਦੇ ਨਾਲ ਰਿਲੇਸ਼ਨ ਕੀ ਹੈ ਤੁਹਾਡਾ ਭਾਈ ਏ ਤੁਹਾਡਾ ਸਾਲਾ ਵੇ ਤੁਹਾਡਾ ਕੋਈ ਕਜ਼ਨ ਏ ਤੁਹਾਡੀ ਕੋਈ ਆਪਣਾ ਬੇਟੀ ਏ ਯਾਨੀ ਕਿ ਟੋਟਲ ਸਾਰੇ ਰਿਸ਼ਤੇ ਹੋਣਗੇ ਅਗਰ ਤੁਸੀਂ ਖੁਦ ਹੋ ਤਾਂ ਫਿਰ ਇੱਥੇ ਸੈਲਫ ਵੀ ਹੈਗਾ ਠੀਕ ਹੈ ਉਸ ਤੋਂ ਬਾਅਦ ਤੁਸੀਂ ਐਡ ਕਰ ਦੇਣਾ ਮੈਂ ਫਿਲਹਾਲ ਐਡ ਨਹੀਂ ਕਰਦਾ ਤੁਸੀਂ ਐਡ ਕਰ ਲੈਣਾ ਉਸ ਤੋਂ ਬਾਅਦ ਜੇ ਤੁਸੀਂ ਇੱਥੇ ਆਓਗੇ ਤੇ ਜਿੱਥੇ ਮੇਰੇ ਕੋਲ ਸਾਰਾ ਡਾਟਾ ਸ਼ੋ ਹੋ ਰਿਹਾ ਇੱਥੇ ਤੁਹਾਡਾ ਫਿਰ ਉਹ ਜਿਹੜਾ ਨਾ ਦੋਸਤ ਉਹਦਾ ਸ਼ੋ ਹੋਏਗਾ ਉਸ ਤੋਂ ਬਾਅਦ ਤੁਸੀਂ ਕੁਝ ਨਹੀਂ ਕਰਨਾ ਉਸ ਤੋਂ ਬਾਅਦ ਤੁਸੀਂ ਆਪਣਾ ਮੇਨ ਹੋਮ ਪੇਜ ਤੇ ਜਦੋਂ ਆ ਜਾਓਗੇ ਤੁਸੀਂ ਕੀ ਕਰਨਾ ਡਾਇਰੈਕਟ ਸੈਂਡ ਮਨੀ ਕਰ ਦੇਣਾ ਅਕਾਊਂਟ ਦੇ ਵਿੱਚ ਵਿਦਮਾ ਤੁਹਾਨੂੰ ਦੱਸਣਾ ਕਿ ਅਕਾਊਂਟ ਦੇ ਤੁਸੀਂ ਪੈਸੇ ਕਿਸ ਤਰ੍ਹਾਂ ਟ੍ਰਾਂਸਫਰ ਕਰ ਸਕਦੇ ਜੇ ਸੈਂਡ ਮਨੀ ਦੇ ਉੱਤੇ ਕਲਿੱਕ ਕਰਨਾ ਉਸ ਤੋਂ ਬਾਅਦ ਇਹ ਦੇਖੋ ਇੱਥੇ ਆਟੋਮੈਟਿਕ ਕਿਉਂਕਿ ਮੈਂ ਪਾਕਿਸਤਾਨ ਸੈਂਡ ਕਰਨਾ ਹੁੰਦਾ ਤੇ ਪਾਕਿਸਤਾਨ ਆ ਗਿਆ ਤੁਸੀਂ ਇੰਡੀਆ ਕਰਨਾ ਤੇ ਇੰਡੀਆ ਕਰ ਲੈਣਾ ਇੱਥੇ ਮੈਂ ਕੈਸ਼ ਅਗਰ ਮੈਂ ਬੈਂਕ ਦੇ ਵਿੱਚ ਜਮਾ ਕਰਾਉਣਾ ਨਾ ਮੈਂ ਚਲੋ ਬੈਂਕ ਦਾ ਤੁਹਾਨੂੰ ਦੱਸਣਾ ਕੈਸ਼ ਤੇ ਤੁਹਾਨੂੰ ਪਤਾ ਕਿ ਨਾਰਮਲੀ ਆਪਣਾ ਜਿਹਦਾ ਨਾਮ ਪਤਾਣਾ ਉਹ ਚ ਹੋ ਜਾਣਾ ਲੇਕਿਨ ਬੈਂਕ ਦਾ ਮੈਂ ਤੁਹਾਨੂੰ ਵਜ਼ਾਫੀ ਦੱਸ ਦੇਣਾ ਆ ਦੇਖੋ ਮੈਂ ਬੈਂਕ ਕਰ ਲੈਣਾ ਕੈਸ਼ ਕਰੋਗੇ ਕੈਸ਼ ਤੇ ਵੀ ਬੈਂਕ ਪੁੱਛੇਗਾ ਲੇਕਿਨ ਉਹ ਉੱਥੇ ਫਿਰ ਆ ਕੇ ਉਸ ਬੈਂਕ ਦੇ ਵਿੱਚ ਜਾ ਕੇ ਤੇ ਤੁਸੀਂ ਪੈਸੇ ਜਰੇ ਨੇ ਉਹ ਲੈ ਸਕਦੇ ਜੇ ਲੇਕਿਨ ਬੈਂਕ ਦੇ ਵਿੱਚ ਆ ਕੇ ਕਿਸੇ ਦੇ ਬੈਂਕ ਅਕਾਊਂਟ ਦੇ ਵਿੱਚ ਪੈਸੇ ਟ੍ਰਾਂਸਫਰ ਕਰਨੇ ਆ ਇਹ ਦੇਖੋ ਮੈਂ ਬੈਂਕ ਸਿਲੈਕਟ ਕੀਤਾ ਉਸ ਤੋਂ ਬਾਅਦ ਇਹ ਪਾਕਿਸਤਾਨ ਇੱਥੇ ਮਗਰ ਮੈਂ ਕਲਿੱਕ ਕਰਨਾ ਤੇ ਆ ਦੇਖੋ ਜੀ ਆ ਗਿਆ ਬੈਂਕ ਡਿਪੋਜ਼ਿਟ ਇਨ ਆਲ ਕਮਰਸ਼ੀਅਲ ਬੈਂਕ ਆਫ ਪਾਕਿਸਤਾਨ ਪਾਕਿਸਤਾਨ ਦੇ ਜਿੰਨੇ ਬੈਂਕ ਨੇ ਹੋਰ ਸਾਰੇ ਜਿਹੜੇ ਨਾ ਉਹ ਸਿਲੈਕਟ ਕਰ ਲੈਣਾ ਉਸ ਤੋਂ ਬਾਅਦ ਜਿੰਨੇ ਪੈਸੇ ਸੈਂਡ ਕਰਨੇ ਨੇ ਉਹ ਇੰਨੇ ਇੱਥੇ ਲਿਖ ਲੈਣੇ ਨੇ ਕਾਪਨ ਜੇਪਾਂ ਅਗਰ ਤੁਹਾਨੂੰ ਕੋਈ ਮਿਲਿਆ ਹੋਵੇ ਠੀਕ ਹੈ ਅਗਰ ਤੁਹਾਨੂੰ ਕੋਈ ਮਿਲਿਆ ਹੋਵੇ ਤਾਂ ਤੁਸੀਂ ਇੱਥੇ ਲਾ ਲੈਣਾ ਨਹੀਂ ਤੇ ਆਪਣਾ ਕੋਈ ਜ਼ਰੂਰਤ ਨਹੀਂ ਆਦੀ ਅਕਸਰ ਜਿਹੜਾ ਨਾ ਈਮੇਲ ਆਉਂਦੀ ਤੇ ਉਹਦੇ ਵਿੱਚ ਕਾਪਨ ਦਿੰਦੇ ਨੇ ਉਹਦੋਂ ਨਾ ਫਿਰ ਡਿਸਕਾਊਂਟ ਜਿਹੜੀ ਨਾ ਹੋਰ ਮਿਲ ਜਾਂਦੀ ਹੈ ਉਸ ਤੋਂ ਬਾਅਦ ਜੀ ਨੈਕਸਟ ਕਰ ਦੇਣਾ ਠੀਕ ਹੈ ਜਿਉਂ ਹੀ ਨੈਕਸਟ ਕਰਾਂਗੇ ਆ ਬੇਜ ਆ ਜਾਏਗਾ ਇੱਥੇ ਆ ਦੇਖੋ ਜਿਹੜਾ ਮੈਂ ਤੁਹਾਡੇ ਕੋਲ ਜਿਹੜਾ ਤੁਸੀਂ ਨਾਮ ਪਤਾ ਐਡ ਕੀਤਾ ਹੋਏਗਾ ਨਾ ਉਹ ਹੁਣ ਇੱਥੇ ਲਿਖਣਾ ਅਗਰ ਨਵਾਂ ਹੈ ਤੇ ਨਵਾਂ ਵੀ ਤੁਸੀਂ ਇੱਥੇ ਐਡ ਕਰ ਸਕਦੇ ਜੇ ਡਾਇਰੈਕਟ ਲੇਕਿਨ ਬਿਹਤਰ ਹੈ ਜਿਸ ਤਰ੍ਹਾਂ ਮੈਂ ਦ ਐਡ ਕਰ ਸਕਦੇ ਜੇ ਲੇਕਿਨ ਜਿਹੜੇ ਪੁਰਾਣੇ ਨੇ ਉਹ ਕੱਢਨੇ ਹੋਣ ਤੇ ਆ ਦੇਖੋ ਉੱਪਰ ਬਣਿਆ ਆ ਇਹਦੇ ਉੱਪਰ ਜੋ ਹੀ ਕਲਿੱਕ ਕਰੋਗੇ ਇਹ ਤੇ ਜਿੰਨੇ ਤੁਹਾਡੇ ਹੋਣਗੇ ਦੋਸਤ ਘਰ ਵਾਲੇ ਜਿਹੜੇ ਤੁਹਾਡੇ ਰਿਸ਼ਤੇਦਾਰ ਨੇ ਉਹ ਸਾਰੇ ਤੇ ਸ਼ੋ ਹੋ ਜਾਣਗੇ ਉਹਨਾਂ ਦਾ ਤੁਸੀਂ ਨਾਮ ਜਿਹਨੂੰ ਪੈਸੇ ਸੈਂਡ ਕਰਨੇ ਨੇ ਉਹਦਾ ਸਿਲੈਕਟ ਕਰੋਗੇ ਜਿਵੇਂ ਕਿ ਇੱਥੇ ਮੈਂ ਆਪਣਾ ਹੀ ਕਰ ਲੈਣਾ ਤੇ ਉਸ ਤੋਂ ਬਾਅਦ ਆਪਣਾ ਮੈਂ ਨੈਕਸਟ ਦੇ ਉੱਪਰ ਕਲਿੱਕ ਕਰਨਾ ਆ ਦੇਖੋ ਉਹਨ ਇੱਥੇ ਆ ਗਈ ਬੈਂਕ ਲਿਸਟ ਠੀਕ ਹੈ ਬੈਂਕ ਲਿਸਟ ਇੱਥੋਂ ਹਨ ਜਿਵੇਂ ਆ ਦੇਖੋ ਮੇਰਾ ਬੈਂਕ ਜਿਹੜਾ ਨਾ ਕਿਉਂਕਿ ਮੈਂ ਪਹਿਲੇ ਹੀ ਐਡ ਕੀਤਾ ਹੋਇਆ ਇੱਥੇ ਆ ਮੇਰਾ ਬੈਂਕ ਦੀ ਡਿਟੇਲ ਜਿਹੜੀ ਉਹ ਆ ਗਈ ਹੈ ਅਗਰ ਮੈਂ ਆਪਣਾ ਇਹਨੂੰ ਮੈਂ ਕਰਾਸ ਕਰ ਦੇਣਾ ਯਾਨੀ ਕਿ ਕਲੀਅਰ ਕਰ ਲੈਣਾ ਤੁਸੀਂ ਜਦੋਂ ਐਡ ਕਰਨਾ ਬੈਲੀ ਦਫਾ ਆ ਦੇਖੋ ਸਿਲੈਕਟ ਬੈਂਕ ਇੱਥੇ ਤੁਸੀਂ ਜਿਹੜਾ ਵੀ ਤੁਹਾਡਾ ਇੰਡੀਆ ਦਾ ਪਾਕਿਸਤਾਨ ਦਾ ਜਿਹੜਾ ਵੀ ਬੈਂਕ ਹੋ ਤੁਸੀਂ ਇੱਥੇ ਬੈਂਕ ਲਿਖ ਲੈਣਾ ਜਿਸ ਤਰ੍ਹਾਂ ਕਿ ਮੈਂ ਐਗਜ਼ਾਮਪਲ ਹੈ ਪਾਕਿਸਤਾਨ ਦੇ UBL ਬੈਂਕ ਹੋ ਲਿਖ ਦਿੱਤਾ ਇੱਥੇ ਦੂਸਾ نیچے ਅਕਾਊਂਟ ਨੰਬਰ ਨਹੀਂ ਲਿਖਣਾ ਤੋਂ ਸਮ ਮੁਕੰਮਲ ਈਵਨ ਨੰਬਰ ਲਿਖਣਾ ਠੀਕ ਹੈ ਈਵਨ ਨੰਬਰ ਮੁਕੰਮਲ ਇਸਲਾਮ ਪਾਕਿਸਤਾਨ ਦਾ ਪੀ ਕੇ ਤੋਂ ਸਟਾਰਟ ਹੁੰਦਾ ਇਸ ਤਰ੍ਹਾਂ ਇੰਡੀਆ ਦਾ ਵੀ ਆਈ ਐਨ ਤੋਂ ਸਟਾਰਟ ਹੋਵੇ ਜਾਂ ਕਿਸੇ ਹੋਰ ਲਫ਼ਜ਼ ਤੋਂ ਸਟਾਰਟ ਹੋਵੇ ਟੋਟਲ ਤੁਸੀਂ ਏ ਬੀ ਸੀ ਆਂਦੀ ਏ ਬੀ ਸੀ ਲਿਖਣੀ ਹੈ 1 2 ਆਂਦੀ ਹੈ ਉਹ ਤੁਸੀਂ ਲਿਖਣੀ ਗਿਣਤੀ ਲਿਖਣੀ ਏ ਬੀ ਸੀ ਜਿਹੜੇ ਵੀ ਬੰਦੇ ਨੰਬਰ ਨੇ ਟੋਟਲ ਤੁਸੀਂ ਇੱਥੇ ਲਿਖ ਲੈਣਾ ਉਸ ਤੋਂ ਬਾਅਦ ਨੈਕਸਟ ਕਰ ਦੇਣਾ ਠੀਕ ਹੈ ਮੈਂ ਐਗਜ਼ਾਮਪਲ ਦੇ ਤੌਰ ਤੇ ਕਰ ਲਿਆ ਜੋ ਹੀ ਨੈਕਸਟ ਕਰਾਂਗੇ ਉਸ ਤੋਂ ਬਾਅਦ ਐਪੇ ਆ ਜਾਏਗਾ ਠੀਕ ਹੈ ਮੈਂ ਕਿਉਂਕਿ ट्रांजैक्शन ਆ ਕਾफी ਦਫਾ ਲਾਈਆਂ ਹੋਈਆਂ ਨੇ ਤੇ ਉਹ ਕਹਿ ਰਿਹਾ ਜੀ ਤੁਹਾਡਾ ਜਿਹੜਾ ਅਕਾਊਂਟ ਹੈ ਨਾ ਉਹ ਵੈਰੀਫਾਈ ਹੈ ਤੁਹਾਡੇ ਕੋਲ ਅਗਰ ਇੱਥੇ ਆਪਣਾ ਕੋਈ ਇਸ਼ੂ ਆਏ ਨਾ ਤੇ ਤੁਸੀਂ ਅਗਰ ਦੇਖ ਲਓ ਕੰਟਰੋਲ ਕਰ ਲਓ ਪਿੱਛੇ ਜਾ ਕੇ ਕਿ ਈਵਨ ਨੰਬਰ ਜਿਹੜਾ ਤੁਸੀਂ ਦਿੱਤਾ ਬਿਲਕੁਲ ਠੀਕ ਹੈ ਤੇ ਆਪਣਾ ਫਿਰ ਤੁਸੀਂ ਪ੍ਰੋਸੀਡ ਕਰ ਦੇਣਾ ਠੀਕ ਹੈ ਪਰਸੀਡ ਕਰ ਦੇਣਾ ਅਗਰ ਤੁਸੀਂ ਆਪਣਾ ਦੇਖ ਲੈਣਾ ਕਿ ਤੁਹਾਡਾ ਕਾਊਂਟ ਨੰਬਰ ਹਰ ਚੀਜ਼ ਬਿਲਕੁਲ ਠੀਕ ਹੈ ਤਾਂ ਫਿਰ ਉਸ ਤੋਂ ਬਾਅਦ ਇੱਥੇ ਹੁਣ ਪੇਮੈਂਟ ਪੁੱਛਤਾ ਕਿ ਤੁਸੀਂ ਪੇਮੈਂਟ ਕਿਸ ਤਰ੍ਹਾਂ ਕਰਨੀ ਹੈ ਮੈਂ ਜੀ ਆਪਣਾ ਡੈਬਿਟ ਕਾਰਡ ਤੋਂ ਕਰਨੀ ਹੈ ਠੀਕ ਹੈ ਵਿਜ਼ਾ ਜਾਂ ਮਾਸਟਰ ਕਾਰਡ ਤੁਸੀਂ ਦੋਨਾਂ ਕਾਰਡਾਂ ਤੋਂ ਕਰ ਸਕਦੇ ਜੇ ਉਸ ਤੋਂ ਬਾਅਦ ਨੈਕਸਟ ਤੇ ਕਨਫਰਮ ਤੇ ਕਰਨਾ ਜੁਹੀਂ ਮੈਂ ਦੇ ਉੱਪਰ ਕਲਿੱਕ ਕਰਨਾ ਇੱਥੇ ਮੁਕੰਮਲ ਹਰ ਚੀਜ਼ ਜਿਹੜੀ ਉਹ ਆ ਗਈ ਹੈ ਹੇ ਨੀਚੇ ਲਿਖਿਆ ਵੀ ਆ ਕਿ ਮੈਂ 200 ਯੂਰੋ ਸੈਂਡ ਕਰਨੇ ਨੇ 0 ਫੀਸੇ ਹੋਦੀ 187.5 ਰੇਟ ਹੈ ਉਸ ਤੋਂ ਬਾਅਦ ਮੈਂ ਨੀਚੇ ਆਣਾ ਤੇ ਇਹ ਦੇਖੋ ਇੱਥੇ ਪੇ ਨੋ ਦਾ ਬਟਨ ਬਣਿਆ ਲੇਕਿਨ ਉਸ ਤੋਂ ਪਹਿਲੇ ਸੈਂਡਿੰਗ ਰੀਜ਼ਨ ਲਾਜ਼ਮੀ ਦੱਸਣਾ ਕਿ ਸੈਂਡਿੰਗ ਰੀਜ਼ਨ ਕੀ ਮੈਂ ਜ਼ਿਆਦਾਤਰ ਜਿਹੜਾ ਨਾ ਸੈਂਡਿੰਗ ਰੀਜ਼ਨ ਉਹ ਮੈਂ ਫੈਮਿਲੀ ਐਂਡ ਫਰੈਂਡਸ ਸਪੋਰਟ ਹੀ ਰੱਖਣਾ ਕਿਉਂਕਿ ਮੈਂ ਆਪਣੀ ਫੈਮਿਲੀ ਨੂੰ ਪੈਸੇ ਟਰਾਂਸਫਰ ਕਰਨਾ ਜਾਂ ਆਪਣੇ ਦੋਸਤਾਂ ਨੂੰ ਜੇ ਕੋਈ ਐਮਰਜੈਂਸੀ ਵਗੈਰਾ ਆ ਬੰਦੀ ਠੀਕ ਹੈ ਤੇ ਇਹ ਮੈਂ ਸੈਂਡ ਹੋ ਗਿਆ ਉਸ ਤੋਂ ਬਾਅਦ ਮੈਂ ਪੇ ਨੋ ਦੇ ਉੱਪਰ ਕਲਿੱਕ ਕਰਨਾ जो ही पे नोथ उपर क्लिक किया देखो इतने मेरी ईमेल आई डी जी ऑलरेडी लिखी हुई है इतने हूँ तो मैं कि लिखागा जोरा मेरे को बैंक का अपने ना सोलह लफजा का जो कार्ड नंबर है इतने अपना लिखागा एग्जाम्पल है ठीक है जी ए कार्ड नंबर है मैं लिख लिया उसका लिख लिया जी ए लिख लिया लिख लिया जी ठीक है इस तुं बाद पे नोफर क्लिक करना ਜਿਉਂ ਹੀ ਮੈਂ ਪੇਨ ਉੱਪਰ ਕਲਿੱਕ ਕਰਾਂਗਾ ਅਗਰ ਮੇਰਾ ਕਾਰਡ ਦੀ ਸਾਰੀ ਡਿਟੇਲਸ ਸਹੀ ਹੋਈ ਤੇ ਮੈਨੂੰ ਅਗਲੇ ਪ੍ਰੋਸੈਸ ਤੇ ਲੈ ਜਾਏਗਾ ਨਹੀਂ ਤੇ ਆਖੇਗਾ ਤੁਹਾਡਾ ਕਾਰ ਨੰਬਰ ਠੀਕ ਨਹੀਂ ਆ ਹੁਣ ਦੇਖੋ ਮੇਰਾ ਬੈਂਕ ਹੈ ਜੀ ਹੋਨੀ ਕ੍ਰੈਡਿਟ ਇੱਥੇ ਹੁਣ ਆਪਣਾ ਮੈਨੂੰ ਕੀ ਕਹਿ ਰਿਹਾ ਜੀ ਤੀ ਅਭਿਆਮੋ ਇਨਵਯਾਤ ਤੋਂ ਉਹਨਾਂ ਨੋਟੀਫਿਕੇ tramite ਐ ਮੋਬਾਈਲ ਬੈਂਕਿੰਗ ਕਿ ਮੇਰੇ ਮੋਬਾਈਲ ਦੇ ਵਿੱਚ ਅੱਗੇ ਇੱਥੇ ਨਾ ਚਾਬੀ ਹੁੰਦੀ ਸੀ ਇੱਕ ਤੇ ਚਾਬੀ ਦੇ ਉੱਪਰ ਕੋਡ ਜਾਂਦਾ ਸੀ ਹੁਣ ਜੇਰਾ ਨਾ ਮੋਬਾਈਲ ਦੇ ਵਿੱਚ ਜਿਹੜੀ ਅਸੀਂ ਐਪਲੀਕੇਸ਼ਨ ਇੰਸਟਾਲ ਕੀਤੀ ਹੁੰਦੀ ਹੈ ਨਾ ਉਹਨੂੰ ਕੀ ਕਰਨਾ ਜੀ ਉਹਨੂੰ ਜਸਟ ਆਪਣੇ ਓਪਨ ਕਰ ਲੈਣਾ ਇਹ ਦੇਖੋ ਮੈਂ ਆਪਣੇ ਮੋਬਾਈਲ ਦੇ ਵਿੱਚ ਜਿਹੜਾ ਨਾ ਇਹਨੂੰ ਓਪਨ ਕਰ ਲਿਆ ਵੇ ਹਾਲਲਾਂ ਤੁਹਾਨੂੰ ਮੈਂ ਇਸ ਟਾਈਮ ਦਿਖਾ ਨਹੀਂ ਸਕਦਾ ਤੇ ਜਿਉਂ ਹੀ ਮੈਂ ਇਹਨੂੰ ਓਪਨ ਕਰਾਂਗਾ ਉਸ ਤੋਂ ਬਾਅਦ ਮੇਰੇ ਮੋਬਾਈਲ ਦੇ ਉੱਪਰ ਜਿਹੜਾ ਨਾ ਇੱਕ ਕੋਡ ਆ ਜਾਏਗਾ ਮੋਬਾਈਲ ਨੰਬਰ ਦੇ ਉੱਪਰ ਮੈਂ ਮੋਬਾਈਲ ਦੀ ਐਪਲੀਕੇਸ਼ਨ ਜਿਹੜੀ ਓਪਨ ਕਰ ਲਈ ਹੈ ਠੀਕ ਹੈ ਹੁਣ ਚਲੋ ਇਹ ਦੇਖੋ ਹੁਣ ਤੁਹਾਡੇ ਸਾਹਮਣੇ ਆ ਗਿਆ ਕੋਡ ਦੀ ਚ ਐਸਐਮਐਸ ਕੋਡ ਦੀ ਚ ਐਸਐਮਐਸ ਜਿਹੜਾ ਨਾ ਆ ਮੇਰੇ ਮੋਬਾਈਲ ਦੇ ਨੰਬਰ ਤੇ ਉਤੇ ਆ ਗਿਆ ਠੀਕ ਹੈ ਜਿਉਂ ਹੀ ਇੱਥੇ ਮੈਂ ਨੰਬਰ ਜਿਹੜਾ ਨਾ ਉਹ ਇੱਥੇ ਫਿਲ ਕਰਾਂਗਾ ਯਾਨੀ ਕਿ ਨੰਬਰ ਕੋਡ ਆਇਆ ਜੀ 2 3 9 2 3 9 2 3 8 3 6 ਇਹ ਕੋਡ ਆਇਆ ਜੀ ਮੈਨੂੰ ਤੇ ਮੈਂ ਕਨਫਰਮ ਕਰਨਾ ਠੀਕ ਹੈ ਪੈਸੇ ਟ੍ਰਾਂਸਫਰ ਨਹੀਂ ਹੋਣੇ ਕਿਉਂਕਿ ਮੇਰੇ ਕਾਰਡ ਦੇ ਵਿੱਚ ਪੈਸੇ ਹੀ ਨਹੀਂ ਹੈ ਠੀਕ ਹੈ ਲੇਕਿਨ ਆ ਦੇਖਾ ਹੁਣਾ ਇੱਕ ਦਫਾ ਕਨਫਰਮ ਕੀਤਾ ਉਸ ਤੋਂ ਬਾਅਦ ਕੋ ਤਿੰਨਵਾ ਦੇ ਉੱਪਰ ਕਲਿੱਕ ਕਰਨਾ ਠੀਕ ਹੈ ਤੇ ਕੰਟੀਨਿਊ ਆਂਡ ਉੱਪਰ ਕਲਿੱਕ ਕਰਾਂਗਾ ਤੇ ਮੇਰੇ ਪੈਸੇ ਜਿਹੜੇ ਨੇ ਉਹ ਸੈਂਡ ਹੋ ਜਾਣਗੇ ਲੇਕਿਨ ਮੈਂ ਪੈਸੇ ਅਬਲ ਤੇ ਮੇਰੇ ਕਾਰਡ ਦੇ ਵਿੱਚ ਵੀ ਆ ਨਹੀਂ ਤੇ ਮੈਂ ਸੈਂਡ ਵੀ ਨਹੀਂ ਕਰਨਾ ਸਿਰਫ ਹੋਰ ਸਿਰਫ ਤੁਹਾਨੂੰ ਸਮਝਾਉਣ ਲਈ ਆ ਸਾਰਾ ਪ੍ਰੋਸੈਸ ਕੀਤਾ ਕਿ ਕਿਸ ਤਰ੍ਹਾਂ ਜਰਾਂ ਨਾ ਪੈਸੇ ਟ੍ਰਾਂਸਫਰ ਕਰ ਸਕਦੇ ਆ ਤੇ ਜਿਨ੍ਹਾਂ ਭਾਈਆਂ ਨੂੰ ਕੋਈ ਡਾਊਟ ਸੀ ਉਮੀਦ ਕਰਨਾ ਕਿ ਕਲੀਅਰ ਹੋ ਗਿਆ ਹੋਵੇਗਾ ਸਾਰਿਆਂ ਦਾ ਚਲੋ ਮੈਂ ਕੰਟੀਨਿਊ ਆ ਵੀ ਕਰ ਦਿੰਨਾ ਕੰਟੀਨਿਊ ਆ ਵੀ ਕੀਤਾ ਠੀਕ ਹੈ ਸੌਰੀ ट्रांजैक्शन ਫੇਲਡ ਕਿਉਂਕਿ ਮੇਰੇ ਬੈਂਕ ਦੇ ਐਸ ਕਾਰਡ ਦੇ ਵਿੱਚ ਪੈਸੇ ਬਿਲਕੁਲ ਨਹੀਂ ਹੈ ਠੀਕ ਹੈ ਤੇ ਹੁਣ ਜਿਹੜੀ ਮੈਂ ट्रांजैक्शन ਲਾਈ ਹੈ ਇਹ ਵਾਲੀ ਇਹ ਅਗਰ ਮੈਂ 24 ਘੰਟਿਆਂ ਦੇ ਅੰਦਰ ਅੰਦਰ ਇਹਨੂੰ ਕੰਪਲੀਟ ਕਰਨਾ ਠੀਕ ਨਹੀਂ ਤੇ ਆਲਰੇਡੀ ਕੈਂਸਲ ਹੋ ਜਾਏਗੀ ਤੇ ਉਮੀਦ ਕਰਨਾ ਜੀ ਵੀਡੀਓ ਤੁਹਾਨੂੰ ਸਾਰਿਆਂ ਨੂੰ ਚੰਗੀ ਲੱਗੀ ਹੋਵੇਗੀ ਲਾਜ਼ਮੀ ਲਾਈਕ ਕਰ ਲਿਓ ਕੋਈ ਵੀ ਤੁਹਾਨੂੰ ਕੋਈ ਇਸ਼ੂ ਹੋਵੇ ਕੋਈ ਮਸਲਾ ਆਵੇ ਤੁਸੀਂ ਕਮੈਂਟ ਕਰੋ ਤੇ ਮੈਂ ਲਾਜ਼ਮੀ ਉਹਦਾ ਜਰਨਾ ਜਵਾਬ ਤੁਹਾਨੂੰ ਦਵਾਂਗਾ ਤੇ ਮਿਲਣਾ ਜੀ ਨਵੀਂ ਵੀਡੀਓ ਦੇ ਵਿੱਚ ਰੱਬ ਰੱਖਾ ਜੀ